ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੇ ਅੱਜ ਅਚਾਨਕ ਲਾਈਵ ਆਈ, ਕਿਸੇ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਪਾਈ ਸੀਗੀ ਕਿ ਲਾਈਵ ਆਉਣਾ, ਤੇ ਅੱਜ ਕੋਈ ਬਹੁਤ ਵੱਡਾ ਰੀਜ਼ਨ ਸੀਗਾ, ਖੁਸ਼ੀ ਵਾਲਾ ਕਾਰਨ ਸੀਗਾ ਲਾਈਵ ਆਉਣ ਦਾ। ਤੇ ਫਿਰ ਮੈਂ ਸੋਚਿਆ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ। ਬਹੁਤ ਟਾਈਮ ਹੋ ਗਿਆ ਸੀ, ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ ਕਿ ਕੋਈ ਬਹੁਤ ਦੇਰ ਤੋਂ ਵੇਟ ਕਰਦਾ ਸੀ ਮਿਲਣ ਦੇ ਲਈ, ਐਜ਼ ਅ ਸਪੋਰਟਰ ਕੋਈ ਮਿਲਣਾ ਚਾਹੁੰਦਾ ਸੀ। ਇੱਕ ਮਹੀਨਾ ਹੋ ਗਿਆ, ਇੱਕ ਮਹੀਨੇ ਤੋਂ ਉੱਪਰ ਹੀ ਟਾਈਮ ਹੋ ਗਿਆ ਹੋਊਗਾ ਉਹਨਾਂ ਨੂੰ ਇੱਦਾਂ ਜਿੱਥੇ ਮੈਂ ਰਹਿੰਦੀ ਹਾਂ ਉੱਥੇ ਆਉਂਦਿਆਂ ਨੂੰ, ਅਤੇ ਮੇਰੇ ਹਰ ਅਖਾੜੇ 'ਚ ਵੀ ਪਹੁੰਚਦੇ ਆ, ਮੇਰੇ ਹਰ ਲਾਈਵ ਪ੍ਰੋਗਰਾਮ 'ਚ ਵੀ ਪਹੁੰਚਦੇ ਆ। ਇਹ ਚੀਜ਼ਾਂ ਮੈਨੂੰ ਅੱਜ ਪਤਾ ਲੱਗੀਆਂ, ਮੈਨੂੰ ਪਹਿਲੇ ਪਤਾ ਨਹੀਂ ਸੀ। ਅਤੇ ਸੋ ਸਾਰਿਆਂ ਨਾਲ ਤੁਹਾਨੂੰ ਵੀ ਮੈਂ ਮਿਲਾਉਣਾ ਚਾਹੁੰਦੀ ਸੀ, ਤੁਹਾਡੇ ਸਾਰਿਆਂ ਨਾਲ ਵੀ ਮੈਂ ਇਹਨਾਂ ਨੂੰ ਮਿਲਾਉਣਾ ਚਾਹੁੰਦੀ ਸੀ ਕਿ ਮੈਨੂੰ ਸੀ ਕਿ ਇਹ ਜਿਹੜੀ ਖੁਸ਼ੀ ਆ, ਇਹ ਜਿਹੜੇ ਪਲ ਹੁੰਦੇ ਆ, ਤੁਹਾਡੇ ਸਾਰਿਆਂ ਨਾਲ ਵੀ ਸਾਂਝੇ ਕੀਤੇ ਜਾਣ। ਸੋ ਇੱਕ ਮਿੰਟ ਵੇਟ, ਮੈਂ ਮਿਲਾਉਣੀ ਹਾਂ ਹੁਣੇ। ਇਹਨਾਂ ਨੇ ਮੇਰੇ ਆਪਦੇ ਫੋਨ 'ਤੇ ਮੇਰੀ ਫੋਟੋ ਵੀ ਲਾਈ ਹੋਈ ਆ, ਇੱਦਾਂ ਕਿੰਨੀ ਕਿਊਟ ਆ, ਕਿੰਨੀ ਮਤਲਬ ਵਧੀਆ ਲੱਗਦੀ ਆ ਫੋਨ ਦੇ ਉੱਤੇ। ਈਵਨ ਮੇਰੇ ਫੋਨ, ਮੇਰੀ ਫੋਟੋ ਮੇਰੇ ਕੋਲ ਮੇਰੇ ਫੋਨ 'ਤੇ ਨਹੀਂ ਹੈਗੀ, ਅਤੇ ਇਹ ਆਏ। ਅਤੇ ਛੋਟੀ ਜਿਹੀ ਗੱਲ ਮੈਨਸ਼ਨ ਕਰਨਾ ਚਾਹੂੰਗੀ, ਦੱਸਣਾ ਚਾਹੂੰਗੀ, ਵੀਰ ਬੋਲ ਨਹੀਂ ਸਕਦੇ ਅਤੇ ਸੁਣ ਵੀ ਨਹੀਂ ਸਕਦੇ, ਬੋਲ ਨਹੀਂ ਸਕਦੇ ਅਤੇ ਸੁਣ ਵੀ ਨਹੀਂ ਸਕਦੇ, ਪਰ ਇਹਨਾਂ ਨੂੰ ਮੇਰੇ ਗਾਣੇ ਬਹੁਤ ਵਧੀਆ ਲੱਗਦੇ ਆ। ਕਹਿੰਦੇ ਵੀ ਜਦੋਂ ਤੁਸੀਂ ਪਟਾਕੇ ਪਾਉਣ ਨੂੰ ਅਤੇ ਹੀ ਲਾਈਕ ਦੈਟ ਥਿੰਗ, ਸੋ ਉਹਨਾਂ ਨੂੰ ਬਹੁਤ ਵਧੀਆ ਲੱਗਦੀ ਆ ਚੀਜ਼, ਹੈ ਨਾ ਵੀਰੇ, ਵਧੀਆ ਲੱਗਦੀ ਆ। ਹਾਂ ਅੱਛਾ ਠੀਕ ਹੈ, ਥੈਂਕ ਯੂ। ਅਤੇ ਇਹ ਅੱਜ ਮੇਰੇ ਘਰ ਆਏ ਹੋਏ ਨੇ ਅਤੇ ਇਹ ਵੀਰ ਇਹਨਾਂ ਨੂੰ ਲੈ ਕੇ ਆਏ ਨੇ। ਪਹਿਲੇ ਮੈਂ ਇਹ ਦੱਸਣਾ ਚਾਹੁੰਦੀ ਕਿ ਘਰ ਤੱਕ ਕਿੱਦਾਂ ਪਹੁੰਚੇ, ਹੈ ਨਾ। ਚਲੋ ਇਹ ਦੱਸ ਦੇ, ਸਾਰੀ ਸਟੋਰੀ ਇਹੀ ਦੱਸਣਗੇ, ਬਿਕੋਜ਼ ਇਹਨਾਂ ਦੇ ਬਹੁਤ ਜ਼ਿਆਦਾ ਕਲੈਰੀਫਾਈ ਹੋਊਗਾ ਤੁਹਾਨੂੰ। ਹਾਂਜੀ ਦੱਸੋ। ਅਸੀਂ ਮੈਮ ਦੇ ਬਹੁਤ ਵੱਡੇ ਫੈਨ ਆ ਜੀ। ਨਹੀਂ ਫੈਨ ਤਾਂ ਚਲੋ, ਭੈਣਾਂ ਦੇ ਕਾਹਦੇ ਕੋਈ ਫੈਨ ਹੁੰਦਾ। ਹਾਂਜੀ ਅਸੀਂ ਬਹੁਤ ਕੋਸ਼ਿਸ਼ ਕੀਤੀ ਮੈਡਮ ਨੂੰ ਮਿਲਣ ਦੀ, ਸਾਨੂੰ ਅੱਜ ਪਤਾ ਲੱਗਾ ਕਿ ਮੈਡਮ ਇੱਥੇ ਰਹਿੰਦੇ ਆ, ਤਾਂ ਅਸੀਂ ਸਪੈਸ਼ਲ ਮੈਡਮ ਦੇ ਘਰ ਆਏ, ਮੈਡਮ ਨੂੰ ਰੋਕਿਆ ਅਤੇ ਮੈਡਮ ਨੇ ਸਾਨੂੰ ਪਹਿਲਾਂ ਮਿਲਿਆ,